ਇਸ ਵਕਤ ਮੌਜੂਦ ਹਾਂ ਹਰੀ ਕੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿੱਥੇ ਕਿ ਪਾਣੀ ਦਾ ਸਤਰ ਜਿਹੜਾ ਵਧਣਾ ਸ਼ੁਰੂ ਹੋ ਗਿਆ। ਪਿੱਛੋਂ ਜਦੋਂ ਪਾਣੀ ਛੱਡਿਆ ਜਾਂਦਾ ਹਰੀ ਕੇ ਦਰਿਆ ਹੈਡਵਰਸ ਤੇ, ਪਾਣੀ ਜਿਹੜਾ ਲੋਕਾਂ ਦੀਆਂ ਕਿਸਾਨਾਂ ਦੀਆਂ ਖੇਤਾਂ ਦੇ ਵਿੱਚ ਆ ਗਿਆ। ਔਰ ਤਸਵੀਰ ਤੁਸੀਂ ਦੇਖ ਸਕਦੇ ਹੋ, ਇਸ ਵਕਤ ਘੜੋਮ ਪਿੰਡ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆ ਗਿਆ। ਔਰ ਇਹ ਤਸਵੀਰਾਂ ਨੇ ਜਿੱਥੇ ਕਈ ਏਕੜ ਫਸਲ ਦੱਸਿਆ ਜਾ ਰਿਹਾ ਕਿ ਪਾਣੀ ਨਾਲ ਖਰਾਬ ਹੋਈ ਆ। ਸਾਡੇ ਨਾਲ ਇੱਥੋਂ ਕਿਸਾਨ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ ਕਿ ਆਪਣਾ ਨਾਂ ਆ ਔਰ ਕੀ ਗੱਲਬਾਤ ਹੋਈ। ਦੇਸਾ ਸਿੰਘ ਆ ਜੀ। ਹਾਂਜੀ, ਕੀ ਗੱਲ ਹੋਈ? ਪਾਣੀ ਭਾਜੀ ਆਇਆ ਆ, ਪਿਛਲੇ ਸਾਲ ਵੀ ਆ ਗਿਆ, ਹਰ ਕੇ ਫੇਰ ਆ ਗਿਆ। ਪਿਛਲੇ ਸਾਲ ਤੇ ਸਰਕਾਰ ਨੇ 6800 ਰੁਪਇਆ ਮੁਆਵਜ਼ਾ ਦਿੱਤਾ ਸੀ, ਉਹਦੇ ਵਿੱਚੋਂ ਵੀ ਰਹਿ ਗਿਆ ਘਰ, ਖੁਦ ਮੈਂ ਆਪ ਵੀ ਰਹਿਣਾ ਵਾ। ਤੇ ਐਰਕੀ ਪਿਛਲੇ ਸਾਲ ਤੇ ਝੋਨੇ ਲੱਗਦੇ ਸੀ ਉਦੋਂ ਆ ਗਏ, ਹੁਣ ਤਾਂ ਪ੍ਰੋਪਰ ਖਰਚਾ ਹੋ ਚੁੱਕਾ ਵਾ। ਹੁਣ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦਾ ਜਿਹੜਾ ਬਣਦਾ ਮੁਆਵਜ਼ਾ ਉਹ ਸਾਨੂੰ ਦਿੱਤਾ ਜਾਵੇ। ਆ ਵੀ ਪਾਣੀ ਜਿਹੜਾ ਆਇਆ ਵਾ, ਇਹ ਠੇਕੇਦਾਰ ਦੀ ਨਗੇਲੀ ਤੋਂ ਕਰਕੇ ਆਇਆ ਵਾ। ਠੇਕੇਦਾਰ ਨੇ ਸਾਡੀ ਪਿੰਡ ਦੀ ਬੱਝੀ ਹੋਈ ਨੋਜ ਰੋੜੀ ਆ, ਤੇ ਤਾਂ ਕਰਕੇ ਆ ਪਾਣੀ। ਅਸੀਂ ਤਾਂ ਵੀ ਰਿਕਵਰ ਜਿਹੜੇ ਇਹਦੀ ਇਹਦਾ ਮੁਆਵਜ਼ਾ ਨਾ ਠੇਕੇਦਾਰ ਤੋਂ ਰਿਕਵਰ ਕਰਕੇ ਕਿਸਾਨਾਂ ਨੂੰ ਦੇਣਾ ਚਾਹੀਦਾ। ਤੇ ਇਹ ਕਿੰਨੇ ਕਿਹੜਾ ਪਿੰਡ ਸੀ ਔਰ ਕਿੰਨੇ ਏਕੜ ਪਾਣੀ? ਹਾਂਜੀ, ਅਸੀਂ ਜਿਹੜੇ ਮੌਜੂਦ ਖਲੋਤੇ ਆ ਪਿੰਡ ਘੜੋਮ ਦੇ ਵਿੱਚ ਖਲੋਤੇ ਆ। ਹੋਰ ਕਿੰਨੇ ਪਿੰਡਾਂ 'ਚ? ਇਹ ਤੇ ਕੁੱਤੀ ਵਾਲਾ ਵਾ, ਇਹ ਬਸਤੀ ਲਾਲ ਸਿੰਘ ਵਾਲੀ ਆ, ਝੋਨਾ ਹੀ ਆ ਤਕਰੀਬਨ ਹੁਣ ਲੱਗਾ ਇੱਥੇ ਸਾਰੇ ਏਰੀਏ 'ਚ। ਕੋਈ ਮਤਲਬ ਥੋੜੇ ਘਣੇ ਪੱਠੇ ਪੁੱਠੇ ਡੰਗਰਾਂ ਦਾ ਚਾਰਾ, ਨਹੀਂ ਤੇ ਬਾਕੀ ਸਾਰਾ ਝੋਨਾ ਲੱਗਾ ਜੀ। ਬਿਲਕੁਲ, ਹੋਰ ਵੀ ਕਿਸਾਨ ਸਾਡੇ ਨਾਲ ਮੌਜੂਦ ਨੇ, ਕੀ ਸਾਰੀ ਗੱਲਬਾਤ ਹੋਈ ਔਰ ਕਿੰਨਾ ਕੁ ਝੋਨਾ ਜਿਹੜਾ ਲੱਗਾ ਹੋਇਆ ਔਰ ਪੱਠੇ ਜਿਹੜੇ ਨੇ ਖਰਾਬ ਹੋਏ? ਝੋਨਾ ਤਕਰੀਬਨ 500-700 ਕਿੱਲਾ ਲੱਗਾ ਹੋਇਆ ਸੀ, ਤੇ ਪੱਠੇ ਵੀ ਗੁੱਡਾ ਸਾਰੇ ਖਰਾਬ ਹੋਏ ਆ, ਤੇ ਜਿਹੜਾ ਖਰਚਾ ਉਹ 10-12 ਹਜ਼ਾਰ ਉਹ ਆ ਗਿਆ ਤਕਰੀਬਨ ਸਾਰਾ ਹੁਣ, ਤੇ ਜਿਹੜਾ ਪਾਣੀ ਦਾ ਫੇਰ ਬਰਬਾਦ ਹੋ ਗਿਆ ਸਾਰਾ। ਤੇ ਕੋਈ ਪ੍ਰਸ਼ਾਸਨ ਨੇ ਕੋਈ ਸਾਰ ਲਈ ਆ ਕੇ ਜਾਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੋਵੇ? ਨਾ, ਕੋਈ ਨਹੀਂ ਹੋਈ, ਨਾ ਹੀ ਕੋਈ ਵੀ ਨਹੀਂ ਆਇਆ ਜੀ। ਤੁਹਾਡੀ ਜੀ ਕੋਈ ਗੱਲਬਾਤ ਪ੍ਰਸ਼ਾਸਨ ਨਾਲ ਜਾਂ ਉਹਨਾਂ ਨੇ ਕੋਈ ਅਪਰੋਚ ਕੀਤੀ ਹੋਵੇ ਤੁਹਾਨੂੰ ਕਿ ਪਾਣੀ? ਨਾ ਕੋਈ ਅਪਰੋਚ ਕੀਤੀ ਆ, ਨਾ ਕੋਈ ਅਸੀਂ ਪਹੁੰਚ ਕੀਤੀ। ਤੇ ਪਾਣੀ ਕੱਲ ਨਾਲੋਂ ਵਧੀਆ ਵਾ? ਪਾਣੀ ਕੱਲ ਨਾਲੋਂ ਜ਼ਿਆਦਾ ਜੀ। ਕਿੰਨਾ ਕੁ ਲੱਗਦਾ ਕਿ ਵਧੀਆ ਦਾ? ਕੱਲ ਨਾਲੋਂ 1.5-2 ਫੁੱਟ ਕੱਲ ਨਾਲੋਂ ਪਾਣੀ ਜ਼ਿਆਦਾ ਜੀ, ਅਜੇ ਵੀ ਵਧਣ ਡਿਆ ਵਾ। ਕੀ ਮੰਗ ਕੀ ਕਰਦੇ ਆਪਾਂ ਪ੍ਰਸ਼ਾਸਨ ਅਧਿਕਾਰੀਆਂ ਤੋਂ, ਕੀ ਹੋਣਾ ਚਾਹੀਦਾ? ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਭਾਜੀ ਕਾਦੀ ਆ, ਮੰਗ ਤੇ ਇਹਦਾ ਪ੍ਰੋਪਰ ਕੋਈ ਸਰਕਾਰ ਹੱਲ ਕਰੇ ਦਰਿਆ ਦਾ, ਕੋਈ 4-5 ਕਿੱਲੇ ਰਿਕਵਰ ਥਾਂ ਕਰਕੇ, ਤੇ ਜ਼ਮੀਨਾਂ ਮਾਲਕੀ ਜ਼ਮੀਨਾਂ ਜਿੱਦਾਂ ਦਰਿਆ ਚੱਲਦਾ ਉਹਦੇ ਜ਼ਮੀਨਾਂ ਖਰੀਦ ਕੇ, ਤੇ ਉਹਦਾ ਪ੍ਰੋਪਰ ਹੱਲ ਕਰੇ ਵੇਚਦੀ, ਕੋਈ ਕਹਿੰਦਾ ਕੋਈ ਇਹਨੂੰ ਨਹਿਰੀ ਰੂਪ ਦੇ ਕੇ, ਤੇ ਪ੍ਰੋਪਰ ਹੱਲ ਕਰ ਸਕਦੀਆਂ ਸਰਕਾਰਾਂ, ਕੀ ਨਹੀਂ ਕਰ ਸਕਦੀਆਂ? ਬਿਲਕੁਲ, ਤਸਵੀਰ ਤੁਹਾਨੂੰ ਦਿਖਾ ਦਿੰਦੇ ਕਿ ਇਸ ਤਰਫ਼ ਕਿ ਜਿਹੜਾ ਇਹਨਾਂ ਦਾ ਕਹਿਣਾ ਕਿ 2-3 ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆਇਆ, ਯਾਨੀ ਕਿ 700-800 ਏਕੜ ਦੇ ਕਰੀਬ ਜਿਹੜੀ ਫਸਲ ਜਿਹੜੀ ਆ ਖਰਾਬ ਹੋਈ ਆ। ਸਾਰਾ ਜਿਹੜਾ ਝੋਨਾ ਔਰ ਪੱਠੇ ਇੱਥੇ ਲੱਗੇ ਹੋਏ ਸੀ, ਜਿਹੜੀ ਸਾਰੀ ਫਸਲ ਜਿਹੜੀ ਆ ਖਰਾਬ ਹੋਈ ਆ। ਫਿਲਹਾਲ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਅਧਿਕਾਰੀਆਂ ਨੇ ਹਾਲੇ ਤੱਕ ਇੱਥੇ ਜਿਹੜੀ ਅਪਰੋਚ ਨਹੀਂ ਕੀਤੀ ਆ। ਦੱਸ ਦਈਏ ਕਿ ਪਾਣੀ ਦਾ ਸਤਰ ਜਿਹੜਾ ਦਿਨ ਪੇ ਦਿਨ ਜਿਹੜਾ ਜ਼ਰੂਰ ਵੱਧ ਹੋਇਆ ਦਿਖਾਈ ਦੇ ਰਿਹਾ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18। ਫਿਰ ਕਹਿੰਦੇ ਸਾਂਝ ਜਾਣਾ, ਫਿਰ ਕੋਈ ਮਸਲਾ ਲੋਕ